ਇਹਨਾਂ ਨੂੰ ਨਾ ਚਕੋਰਾਂ ਮਾਰਦੀਆਂ। ਜੇ ਆਪਾਂ ਨੇ ਪਹਿਲੇ ਦਿਨ ਛੱਡੀਆਂ ਸੀਗਾ ਉਦੋਂ ਤਾਂ ਠੀਕ ਸੀਗੀਆਂ, ਹੁਣ ਕੁਛ ਕਹਿੰਦੀ ਨਹੀਂ ਸੀਗੀਆਂ, ਅਤੇ ਹੁਣ ਇਹਨਾਂ ਨੂੰ ਮਾਰਨ ਲੱਗ ਗਈਆਂ ਚਕੋਰਾਂ। ਸਤਿ ਸ਼੍ਰੀ ਅਕਾਲ ਜੀ ਦੋਸਤੋ, ਕੀ ਹਾਲ ਚਾਲ ਆ, ਠੀਕ ਠਾਕ ਹੋ ਜੀ? ਅਤੇ ਦੋਸਤੋ ਅੱਜ ਹੈਗੀ 29 ਤਰੀਕ, ਅਤੇ ਪਿੰਜਰੇ ਦੀ ਬਾਈ ਸਫਾਈ ਕਰਕੇ ਹਟੇ ਹਾਂ। ਬਟੇਰਾਂ ਵਾਲਾ ਪਿੰਜਰਾ ਸੀਗਾ, ਬਟੇਰ ਆਪਾਂ ਨੇ ਸੇਲ ਕਰਤੇ ਸੀਗੇ, ਅਤੇ ਹੁਣ ਆਪਾਂ ਪਿੰਜਰੇ ਵਿੱਚ ਛੱਡਣੇ ਆ ਜੈਪਨੀਜ਼ ਬੈਟਮ, ਜਿਹੜੇ ਆਪਣੇ ਪਾਸ 4 ਜਾਨਵਰ, 3 ਮੁਰਗੀਆਂ ਅਤੇ 1 ਮੁਰਗਾ, ਅਤੇ ਇੱਕ ਛਿਲਕਾ ਰਹਿੰਦਾ। ਹੁਣ ਛਿਲਕਾ ਪਾਉਣਾ ਮੈਂ, ਅਤੇ ਉਸ ਤੋਂ ਬਾਅਦ ਫਿਰ ਆਪਾਂ ਜਾਨਵਰਾਂ ਨੂੰ ਛੱਡਦੇ ਹਾਂ। ਚਕੋਰਾਂ ਬਾਈ ਦੇਖ ਲੋ, ਏਦਾਂ ਨਾ ਜਾਂ ਕਈ ਵਾਰ ਨਾ ਗਾਉਂ ਆ ਜਾਂਦਾ ਉੱਪਰ, ਉੱਤੇ ਉਹ ਡਰ ਜਾਂਦੀਆਂ, ਅਤੇ ਕਰਤੀ ਹੁਣ ਤਾਂ ਬੰਦ ਅੰਦਰ। 5 ਅੰਡੇ ਹੋ ਗਏ ਇੱਧਰ ਬੱਤਖਾਂ 'ਤੇ, ਅਤੇ ਧੋਤੇ ਮੈਂ, ਥੋੜ੍ਹੇ ਜਿਹੇ ਗੰਦੇ ਹੋਏ ਸੀਗੇ। 5, 6, 7, 8, 9, 10, 11, 12, 13, 14, 15 ਅੰਡੇ ਹੋ ਗਏ। ਇਹ ਨਾ ਬਾਅਦ 'ਚ ਲਾਉਂਦੇ ਆਪਾਂ, ਜਿਹੜੀ ਤਾਂ ਅੰਡੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ, ਲਾ ਦਿੰਦੇ ਹਾਂ। ਅਤੇ ਹੁਣ ਮੈਂ ਨਾ ਛਿਲਕਾ ਪਾ ਲਿਆ, ਛਿਲਕਾ ਉਹਨਾਂ ਪਿਆ ਡੱਬਾ ਲਿਆ। ਪਹਿਲੇ ਦਾ ਬਾਈ ਬੁਰਾ ਹਾਲ ਕਰਤਾ ਚੂਹਿਆਂ ਨੇ। ਮੈਂ 1 ਕਰੇਟ ਜਿਹਾ ਭਰ ਕੇ ਪਾ ਦਿੱਤਾ ਛਿਲਕੇ ਦਾ, ਅਤੇ ਬਾਕੀ ਇਹਨਾਂ ਨੇ ਵਿਛਾ ਲੈਣਾ ਆਪੇ। ਚਲੋ ਇਹ ਬਾਅਦ 'ਚ ਦੇਖਦੇ, ਪਹਿਲਾਂ ਹੁਣ ਜਾਨਵਰ ਛੱਡ ਦਈਏ ਆਪਾਂ। ਪਹਿਲਾਂ ਮੁਰਗੀਆਂ ਨੂੰ ਦਾਣਾ ਪਾ ਦਿੰਦੇ ਹਾਂ। ਪਾਤੀ ਫੀਡ ਇਹਨਾਂ ਨੂੰ, ਇੱਧਰ ਪੈਪ ਲਾਇਆ ਉਹਦੇ ਵਿੱਚ ਵੀ ਆਪਾਂ ਨੇ ਪਾਤੀ, ਅਤੇ ਹੁਣ ਆਪਾਂ ਬਲੈਲਰਾਂ ਨੂੰ ਪਾਉਂਦੇ ਹਾਂ। ਅਤੇ ਇੱਥੇ ਆਪਾਂ ਨੇ ਜੈਪਨੀਜ਼ ਬੈਂਟ ਮਾਰੇ, ਇਹਨਾਂ ਨੂੰ ਨਾ ਚਕੋਰਾਂ ਮਾਰਦੀਆਂ। ਜੇ ਆਪਾਂ ਨੇ ਪਹਿਲੇ ਦਿਨ ਛੱਡੀਆਂ ਸੀਗਾ ਉਦੋਂ ਤਾਂ ਠੀਕ ਸੀਗੀਆਂ, ਹੁਣ ਕੁਛ ਕਹਿੰਦੀ ਨਹੀਂ ਸੀਗੀਆਂ, ਅਤੇ ਹੁਣ ਇਹਨਾਂ ਨੂੰ ਮਾਰਨ ਲੱਗ ਗਈਆਂ ਚਕੋਰਾਂ ਜੈਪਨੀਜ਼ ਬੈਂਟਮ ਨੂੰ। ਆ ਦੇ ਆ ਦੇ, ਆਪਾਂ ਨੇ ਤਾਂ ਹੀ ਉੱਧਰ ਅਲੱਗ ਕਰਨੀ ਆ ਹੁਣ ਇਹ। ਇਹ ਚਕੋਰਾਂ ਵੀ ਆਪਾਂ ਨੇ ਥੋੜ੍ਹੇ ਦਿਨਾਂ ਤੱਕ ਜਿਹੜੀਆਂ ਵੱਡੀਆਂ ਆਪਣੇ ਮੈਂ ਚਕੋਰਾਂ ਉਹਨਾਂ ਦੇ ਨਾਲੇ ਇਕੱਠੀਆਂ ਕਰ ਦੇਣੀਆਂ, ਇਹ ਖੰਭ ਕੱਟ ਕੇ ਫਿਰ ਆਪਾਂ ਇਕੱਠੀਆਂ ਕਰ ਦਾਂਗੇ ਇਹਨਾਂ ਨੂੰ। A few moments later. ਲਓ ਵੀ ਦੋਸਤੋ, ਛੱਡਤੇ ਆਪਾਂ ਨੇ ਇੱਥੇ, ਥੋੜ੍ਹੇ ਠੀਕ ਆ ਹੁਣ, ਹੋਰ ਇਹਨਾਂ ਖੁੱਲ੍ਹ ਕੇ ਆਪਣਾ ਦਾਣਾ ਜਿੱਦਾਂ ਮਰਜ਼ੀ ਖਾ ਸਕਦੇ। ਉੱਥੇ ਨਾ ਚਕੋਰਾਂ ਦਾਣਾ ਹੀ ਤਾਂ ਖਾਣ ਦਿੰਦੀਆਂ। ਮੁਰਗਾ ਵੀ ਛੱਡਤਾ ਆਪਾਂ ਨੇ, ਨਾਲੇ 3 ਮੁਰਗੀਆਂ ਹੋ ਗਈਆਂ, ਅਤੇ ਹੁਣ ਇਹਨਾਂ ਨੂੰ ਆਪਾਂ ਦਾਣਾ ਪਾਉਂਦੇ ਹਾਂ। ਪਾ ਤਾ ਦਾਣਾ ਇਹਨਾਂ ਨੂੰ, ਮਲਟੀ ਵਿਟਾਮਿਨ ਪਾ ਦਈਏ ਹੁਣ ਬਲੈਲਰਾਂ ਨੂੰ, ਅਤੇ ਇੱਧਰ ਮੁਰਗੀਆਂ ਨੂੰ ਵੀ ਪਾ ਦਿੰਦੇ ਹਾਂ। ਇਹ 3 ਕੁ ਦਿਨ ਹੁਣ ਆਪਾਂ ਲਗਾਤਾਰ ਜਲਾ ਦਾਂਗੇ। ਮਲਟੀ ਵਿਟਾਮਿਨ ਪਾ ਦਿੱਤਾ ਆਪਾਂ ਨੇ, ਆਟੋਮੈਟਿਕ ਡਰਿੰਕਰ ਵਿੱਚ ਇਹ ਪਾ ਦਿੱਤਾ, ਕਿਉਂਕਿ ਜਾਨਵਰ ਇਹ ਥੋੜ੍ਹੇ ਹੀ ਆ, 25 ਕੁ ਤਾਂ ਬਲੈਲਰ,
बाकी 10 पीस चकोर दे 35 पीस आना वास्ते अद्धा 1 लीटर पानी बहुत लगे मैं इधर खान इन्हों की ग्रोथ भी हम सोहनी होगी तकरीबन 1.5 महीने के हो गए इधर बड़े जानवर अपने छड़ते मुर्गे बाहर घूम रहे हैं तो इन्हों भी हम आप दाना पाने इन्हों भी अज आप ने मल्टी विटामिन पाना इन्हों का अपने बाहर ड्रिंकर भर के रख्या होया मैं थोन दिखा कणी इन्हों अंदर पा देनी अच ये अज आप ने अंदर रखनी है बाहर नहीं अज छनी इन्हों कल ही छड़ा बाहर हूँ कणी आप अंदर पा देंगे इन्हों मल्टी विटामिन अपने पाता ड्रिंकर पाता मुर्गियों वास्ते अपने ड्रिंकर बाहर भर के रखा होया बाद अपने मल्टी विटामिन पा देना पहला दाना पा दी इन्हों बटेर भी आंडे कट देने खराब हाँ बिलकुल हल्के हो गए इन्ह च है नहीं आंडे लाते अपने मल्टी विटामिन भी इधर रखता लग पानी पीण बाकी हम दोस्तों करते हैं जी वीडियो बंद कमेंट करके भाई जरूर दसो वीडियो कैमें लगी वीडियो देखने बहुत बहुत धन्यवाद।